ਦੇਖ ਤੁਹਾਨੂੰ ਇਹ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ 26 ਜਨਵਰੀ ਨੂੰ ਲੈ ਕੇ ਤਰਾ ਤਰਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ तमाम ਜੋ ਕਿਸਾਨ ਨੇ ਉਹਨਾਂ ਦੇ ਵਿੱਚ ਗਜ਼ਬ ਦਾ ਜੋਸ਼ ਤੁਸੀਂ ਵੇਖ ਸਕਦੇ ਹੋ ਹਰ ਪਾਸੇ ਟਰੈਕਟਰ ਜੋ ਨੇ ਸੜਕਾਂ ਤੋਂ ਦੌੜਦੇ ਹੋਏ ਦਿਖਾਈ ਦੇਣਗੇ ਦਿੱਲੀ ਵੱਲ ਨੂੰ ਦਿੱਲੀ ਵੱਲ ਨੂੰ ਟਰੈਕਟਰ ਜੋ ਨੇ ਕੁਝ ਕਰ ਰਹੇ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਜੇਕਰ ਕੋਈ ਹਾਦਸਾ ਹੁੰਦਾ ਹੈ ਉਹਨਾਂ ਦਾ ਨਿਪਟਨ ਦੇ ਲਈ ਤਾਂ 30 ਦੇ ਕਰੀਬ ਟਿਕਰੀ ਬਾਰਡਰ ਤੇ ਇਹੋ ਜਿਹੀਆਂ ਐਂਬੂਲੈਂਸਿਸ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਿਆਰ ਮਿਲਣਗੀਆਂ ਫੂਟਰ ਵੱਲਦੇ ਹੋ ਤੁਹਾਨੂੰ ਦਿਖਾਈ ਦੇਣਗੇ ਇਹ ਤੁਹਾਨੂੰ 26 ਤਰੀਕ ਜਿਹੜਾ ਟਰੈਕਟਰ ਮਾਰਸ ਤੁਰਨਾ ਹੈ ਉਸ ਦੇ ਨਾਲ ਤੁਹਾਨੂੰ ਇਹ ਐਂਬੂਲੈਂਸਾਂ ਚੱਲਦੀਆਂ ਹੋਈਆਂ ਵਿਸ਼ੇਸ਼ ਤੌਰ ਤੇ ਦਿਖਾਈ ਦੇਣਗੀਆਂ ਤਾਂ ਇਹਨਾਂ ਦੇ ਵਿੱਚ ਡਾਕਟਰ ਸਾਹਿਬਾਨ ਵੀ ਲਗਾਤਾਰ ਮੌਜੂਦ ਰਹਿਣਗੇ ਉੱਤਾ ਫਿਲਹਾਲ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੀ ਤਿਆਰੀ ਕੀਤੀ ਗਈ ਹੈ ਤੇ ਕਿਹਨਾਂ ਦੇ ਵੱਲੋਂ ਤਿਆਰੀ ਕੀਤੀ ਗਈ ਹੈ ਐਂਬੂਲੈਂਸਾਂ ਚਲਾਣ ਦੀ ਉਹਨਾਂ ਬਾਰੇ ਜੋ ਡਾਕਟਰ ਸਾਹਿਬਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਅਸੀਂ ਜਰੂਰ ਕਰਾਂਗੇ ਕਿ ਆਖਿਰਕਾਰ ਕਿਸ ਤਰੀਕੇ ਦੀ ਤਿਆਰੀ ਕੀਤੀ ਗਈ ਹੈ ਕੀ ਕੋਈ ਚ ਇਹਨਾਂ ਦੇ ਅੰਦਰ ਵਿਸ਼ੇਸ਼ ਤੌਰ ਤੇ ਸੁਵਿਧਾ ਰਹਿਣ ਵਾਲੀ ਹੈ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਭ ਤੋਂ ਪਹਿਲੇ ਤੁਹਾਡੀ ਇੱਕ ਬਰੀਫ ਇੰਟਰੋਡਕਸ਼ਨ ਜਾਨਣਾ ਚਾਹਾਂਗੇ ਅਸੀਂ ਹਾਂਜੀ ਮੈਂ ਡਾਕਟਰ ਸੁਵੈਮਾਨ ਸਿੰਘ ਜੀ ਮੈਂ ਕਾਰਡੀਓਲੋਜੀ ਫੈਲੋ ਆ ਅਮਰੀਕਾ ਤੋਂ ਤੇ ਪਿੰਡ ਮੇਰਾ ਪਖੋਕੇ ਮਾਝੇ ਚੋਂ ਤੇ ਐਸੋਲੇ ਪਿਛਲੇ 24 ਸਾਲ ਤੋਂ ਅਮਰੀਕਾ ਸਾਂ ਤੇ ਤੁਹਾਨੂੰ ਪਤਾ ਹੀ ਹੈ ਤੁਸੀਂ ਨਾਲ ਹੀ ਸਾਡੇ ਜੰਦੋਂ ਦਾ ਸੰਘਰਸ਼ ਹੋਇਆ ਨਾਲ ਇਥੇ ਤੁਰੇ ਫਿਰ ਰਹੇ ਆ ਜੀ ਆਪਣੀ ਸੇਵਾ ਮੈਡੀਕਲ ਦੀ ਆ ਨਾਲ ਕਿਤਾਬਾਂ ਦੀ ਆ ਰਹਿਣ ਬਸੇਰੇ ਦਾ ਕੀਤਾ ਕਿਤਾਬੀ ਲਾਇਬ੍ਰੇਰੀ ਕੀਤੀ ਗਦਰ ਬਾਬਿਆਂ ਦੇ ਉੱਤੇ ਗਦਰੀਆ ਪਾਰਟੀ ਦੇ ਨਾਲ ਨਾਂ ਦੇ ਉੱਤੇ ਫਿਰ ਆਪਣਾ ਸਿੱਖੀ ਸਕੂਲ ਆ ਸਪੋਰਟਸ ਦਾ ਸੋ ਜੋ ਵੀ ਆ ਜੋ ਦੀ ਵੀ ਹੁਣ ਕੱਲ ਜੋ ਘਟਨਾ ਹੋਈਆਂ ਉਹਦੇ ਨੇ ਸਾਨੂੰ ਕਾਫੀ ਹਿਲਾ ਦਿੱਤਾ ਕੁਝ ਪਹਿਲਾਂ ਲੱਗਦਾ ਸੀ ਬਹੁਤ ਸ਼ਾਂਤਮਈ ਸਭ ਕੁਝ ਚੱਲ ਰਿਹਾ ਪਰ ਕੱਲ ਦਾ ਜੋ ਕੁਝ ਵੇਖ ਕੇ ਸਾਨੂੰ ਲੱਗਾ ਸਾਨੂੰ ਹੁਣ ਕੁਝ ਹੋਰ ਸਟੈਪਸ ਲੈਣੇ ਪੈਣੇ ਆ ਕੀ ਲੱਗਦਾ ਕਿਸ ਤਰੀਕੇ ਦੇ ਸਟੈਪਸ ਚੱਕਣ ਦੀ ਲੋੜ ਹੈ ਕਿਉਂਕਿ ਗਿਣਤੀ ਲਗਾਤਾਰ ਬਹੁਤ ਜ਼ਿਆਦਾ ਵੱਧ ਰਹੀ ਹੈ ਉਮੀਦ ਤੋਂ ਵੱਧ ਟਰੈਕਟਰ ਜੋੜੇ ਲਗਾਤਾਰ ਦਿੱਲੀ ਵੱਲ ਨਵਾਰੇ ਨੇ ਉਮੀਦ ਜਿਤਾਈ ਜਾ ਸਕਦੀ ਹੈ ਕੋਈ ਸ਼ਰਾਰਤबाजी ਵੀ ਹੋ ਸਕਦੀ ਹੈ ਗਿਣਤੀ ਬਹੁਤ ਜ਼ਿਆਦਾ ਵਧ ਗਈ ਮੈਨੂੰ ਆਪ ਹੀ ਨਹੀਂ ਇੰਨਾ ਮੈਂ ਸੋਚ ਸਕਦਾ ਕਿ ਇੰਨੀ ਗਿਣਤੀ ਵੱਧ ਜਾਨੀ ਹੁਣ ਆਲਮੋਸਟ 10 ਗੁਣਾ ਗਿਣਤੀ ਵੱਧ ਗਈ ਅੱਖਾਂ ਅੱਖਾਂ ਦੇ ਸਾਹਮਣੇ ਅੱਜ ਤੇ ਅਜੇ 26 ਤੋਂ ਕਿੰਨੀ ਆਪਾਂ ਦੂਰ ਆ ਤੇ ਲੱਗਦਾ ਹੈ ਅਜੇ ਪਿੱਛੇ ਹੋਰ ਕਾਫਲੇ ਆ ਰਹੇ ਆ ਤੇ ਜੋ ਕੱਲ ਦੀਆਂ ਹਰਕਤਾਂ ਹੋਈਆਂ ਜਾਂ ਅਸੀਂ ਜੋ ਸੁਣਿਆ ਉਹ ਤੋਂ ਇਹੋ ਲੱਗਦਾ ਕਿ ਕੁਝ ਨਾ ਕੁਝ ਗ ਵੱਡੀ ਗੱਲ ਇਹ ਆ ਫਾਰਮ ਯੂਨੀਅਨਾਂ ਦਾ ਇੱਥੋਂ ਜਾਂ ਜਿਹੜੇ ਫਾਰਮਰਜ਼ ਆ ਉਹ ਉਹ ਨਹੀਂ ਆ ਇਹ ਕੁਝ ਕਰਨਾ ਚਾਹੁੰਦੇ ਹਨਾ ਕਿਉਂਕਿ ਸਾਰਿਆਂ ਨੇ ਆਪਣਾ ਸੱਠਾ ਦੇਣਾ ਚਾ ਜਾਂ ਪਿਛਲੇ ਕਿੰਨੇ ਹੁਣ 5 6 ਮਹੀਨੇ ਹੋ ਗਏ ਵਿਖਾ ਦਿੱਤਾ ਕਿ ਅਸੀਂ ਸ਼ਾਂਤ ਮਹੀਨਾ ਸਭ ਕੁਝ ਕਰ ਰਹਾ ਰਾਈਟ ਡੰਡੇ ਵੀ ਖਾਦੇ ਲੰਗਰ ਵੀ ਸ਼ਕਾਏ ਤੇ ਹੁਣ ਇਹ ਆ ਕਿ ਕੌਣ ਆ ਜਿਹੜਾ ਬੰਦਾ ਆ ਜਿਹੜਾ ਇੱਥੇ ਕਤਲ ਕਰਨਾ ਚਾਹੁੰਦਾ ਜਾਂ ਇੱਥੇ ਪ੍ਰੋਬਲਮਾ ਕ੍ਰੀਏਟ ਕਰਨਾ ਚਾਹੁੰਦਾ ਅਫਵਾਹਾਂ ਫਲਾ ਰਹੀਆਂ ਜਿੱਤੀ ਉਹ ਸਾਰੀਆਂ ਚੀਜ਼ਾਂ ਤੋਂ ਅਸੀਂ ਕਾਫੀ ਹਿੱਲ ਗਏ ਉਹ ਹਿੱਲ ਕੇ ਅਸੀਂ ਆਹ ਸਟੈਪਸ ਲੈ ਰਹੇ ਆ ਕੀ ਸਟੈਪ ਚੱਕੇ ਗਏ ਨੇ ਮੈਡੀਕਲੀ ਗੱਲ ਕਰੀਏ ਆਪਾਂ ਲਗਾਤਾਰ ਤੁਸੀਂ ਸੇਵਾਵਾਂ ਦੇ ਰੇ ਤੁਹਾਡੀ ਐਸੋਸੀਏਸ਼ਨ ਸੇਵਾਵਾਂ ਦੇ ਰਹੀ ਹੈ ਲਗਾਤਾਰ ਵਕਫ ਵਕਫ ਤਰੀਕੇ ਤੁਸੀਂ ਰਹਿਣ ਬਸੇਰੇ ਬਣਾ ਰਹੇ ਹੋ ਸਭ ਕੁਝ ਕਰ ਰਹੇ ਹੋ ਸੇਵਾਵਾਂ ਕਰ ਰਹੇ ਹੋ ਮੈਡੀਕਲੀ ਤੌਰ ਤੇ ਕਿਉਂਕਿ ਮੈਡੀਕਲੀ ਬਹੁਤ ਸਭ ਤੋਂ ਜ਼ਰੂਰਤ ਹੋ ਗਈ ਉਸ ਵਕਤ ਕਿ ਮੈਡੀਕਲੀ ਅਸੀਂ ਬਹੁਤ ਜ਼ਿਆਦਾ ਸਟਰੋਂਗ ਹੋਈਏ ਉਹਦੇ ਲਈ ਵਿਸ਼ੇਸ਼ ਤੌਰ ਤੇ ਕੀ ਕੁਝ ਉਪਰ ਲੈ ਕੇ ਤੇ ਜਾ ਰਹੇ ਨੇ ਸੋ ਪਹਿਲਾਂ ਪਹਿਲਾਂ ਸਾਨੂੰ ਸਾਨੂੰ ਸੱਚੀ ਪਹਿਲਾਂ ਅਸੀਂ ਨਾ ਸੋਚਿਆ ਨਹੀਂ ਹੈ ਇਹਦੇ ਬਾਰੇ ਕਿ ਸਾਨੂੰ ਕੀ ਕਰਨਾ ਚਾਹੀਦਾ ਪਰ ਹੁਣ ਕੱਲ ਦੇ ਅਸੀਂ ਕਾਫੀ ਸਟੈਪਸ ਲੈ ਰਹੇ ਹਾਂ ਅਸੀਂ ਇਹ ਵੀ ਡਿਸਾਈਡ ਕਰ ਲਿਆ ਅਸੀਂ ਫਰੰਟ ਮਤਲਬ ਕਿਹੀਂ ਫਰੰਟ ਲਾਈਨ ਤੇ ਹੋਵਾਂਗੇ ਕਿਉਂਕਿ ਐਜ਼ ਅ ਡਾਕਟਰ ਤੁਹਾਡਾ ਕੰਮ ਹੈ ਕਿ ਆਪਣੇ ਲੋਕਾਂ ਦੀ ਸੇਵਾ ਕਰਨਾ ਸੋ ਸਭ ਤੋਂ ਜ਼ਿਆਦਾ ਜੇ ਕਿਤੇ ਕੁਝ ਹੋ ਸਕਦਾ ਹੈ ਫਰੰਟ ਲਾਈਨਸ ਤੇ ਹੋਊਗਾ ਉੱਥੇ ਸਾਡੀਆਂ ਅਸੀਂ ਮੌਜੂਦ ਹੋਵਾਂਗੇ ਦੂਜੀ ਗੱਲ ਅਸੀਂ ਡਿਸਾਈਡ ਕੀਤੀ ਕਿ ਸਾਨੂੰ ਫਰਸਟ ਏਡ ਕਿੱਟਾਂ ਦੀ ਲੋੜ ਆ ਉਹ ਅਸੀਂ ਸਾਰੇ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੱਤਾ ਕਿ ਸਾਨੂੰ ਵੱਧ ਤੋਂ ਵੱਧ ਫਰਸਟ ਏਡ ਕਿੱਟਾਂ ਦੋ ਉਹ ਫਰਸਟ ਏਡ ਕਿੱਟਾਂ ਫਿਰ ਅਸੀਂ 25 ਤਰੀਕ ਨੂੰ ਤੇ 24 ਤਰੀਕ ਨੂੰ ਟਰੈਕਟਰ ਟੂ ਟਰੈਕਟਰ ਵੰਡਾ ਕੇ ਸਾਡੀ ਟੀਮ ਵੰਡੂਗੀ ਤੇ ਸਾਰੇ ਟਿਕਰੀ ਬਾਰਡਰ ਤੇ ਤੇ ਬਾਕੀ ਥਾਂਵਾਂ ਤੇ ਵੀ ਕਹਿੰਨੇ ਆ ਕਿ ਟੀਮਾਂ ਨੂੰ ਇਦਾਂ ਇਦਾਂ ਹੀ ਅਪੀਲ ਕਰੋ ਫਰਸਟ ایڈ ਕਿਟਸ ਵੰਡੋ ਫਿਰ ਅਸੀਂ ਵੱਡੀ ਗੱਲ ਕੀਤੀ ਕਿ ਜੋ ਪਹਿਲਾਂ ਹੋਇਆ ਜャ ਅਸੀਂ ਸੋਚਿਆ ਕੀ ਹੋ ਸਕਦਾ ਮਤਲਬ ਕਿ ਸੱਚੀ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਸੋਚਿਆ ਸਾਨੂੰ ਐਂਬੂਲੈਂਸਾਂ ਦੀ ਲੋੜ ਬਹੁਤ ਪੈਣੀ ਆ ਉਸ ਤੋਂ ਬਾਅਦ ਫਿਰ ਅਸੀਂ ਕੀਤਾ ਕਿ ਸਾਨੂੰ ਏਟ ਲੀਸਟ 30 ਐਂਬੂਲੈਂਸਾਂ ਦੀ ਲੋੜ ਪੈਣੀ ਕਿਉਂਕਿ ਜੇ ਅਸੀਂ ਡਿਸਟੈਂਸ ਵੇਖੀਏ ਤੇ ਉਹਦੇ ਹਿਸਾਬ ਨਾਲ ਫਿਰ ਅਸੀਂ ਰੀਚ ਆਊਟ ਕਰਨਾ ਸ਼ੁਰੂ ਕਰਤਾ ਹੁਣ ਐਂਬੂਲੈਂਸ ਤੇ ਫੇਰ ਨਾਲ ਅਸੀਂ ਸੋਚਿਆ ਕਿ ਇੱਕ ਐਂਬੂਲੈਂਸ ਵਿੱਚ ਇੱਕ ਨਰਸ ਇੱਕ ਡਾਕਟਰ ਹੋਣਾ ਚਾਹੀਦਾ ਉਹ ਵੀ ਫੇਰ ਅਸੀਂ ਕਿਹਾ ਕਿ ਅਸੀਂ ਇਹ ਨਾਲ ਸ਼ਤ ਗੱਲ ਨਾ ਬਣੇ ਫੇਰ ਅਸੀਂ ਇਹ ਕਿਹਾ ਕਿ 25 ਤਰੀਕ ਰਾਤ ਨੂੰ ਜਾਂ 25 ਤਰੀਕ ਸ਼ਾਮ ਨੂੰ ਅਸੀਂ ਇੱਕ ਸੈਸ਼ਨ ਰੱਖਾਂਗੇ ਜਿੱਥੇ ਅਸੀਂ ਫਰਸਟ ایڈਸ ਖਾਵਾਂਗੇ ਬਾਕੀ ਵੌਲੰਟੀਅਰਸ ਨੂੰ ਨਾਲੇ ਫਰਸਟ ایڈ ਕਿਟਸ ਦਿੱਤੀਆਂ ਜਾਣਗੀਆਂ ਨਾਲੇ ਉਹਨਾਂ ਨੂੰ ਫਰਸਟ ایڈ ਟ੍ਰੇਨਿੰਗ ਦਿੱਤੀ ਜਾਊਗੀ ਮੈਂ ਅੱਜ ਇੱਕ ਹੋਰ ਮੂਵੀ ਵੀਡੀਓ ਕੱਢੂੰਗਾ ਜਿਹਦੇ ਉੱਪਰ ਮੈਂ ਟਾਇਰ ਗੈਸ ਬਾਰੇ ਤੇ ਬਾਕੀ ਜਿਹੜੀਆਂ ਹੋਰ ਚੀਜ਼ਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ ਕਿ ਅਟਲੀਸ ਲੋਕਾਂ ਨੂੰ ਪਤਾ ਤੇ ਹੋਵੇ ਕਿ ਉਹ ਕਿੰਨੂੰ ਫੇਸ ਕਰਦੇ ਕਿਉਂਕਿ ਜਿਦਾ ਮੈਂ ਤੁਹਾਨੂੰ ਦੱਸਦਾ ਹੁਣ ਕੈਨਿਸਟਰ ਹੁੰਦੇ ਜਿਹੜੇ ਟੀਅਰ ਗੈਸ ਦੇ ਉਹ ਲੋਕ ਚੁੱਕ ਕੇ ਸੁੱਟਣ ਦੀ ਕੋਸ਼ਿਸ਼ ਕਰਦੇ ਆ ਪਰ ਲੋਕਾਂ ਨੂੰ ਪਤਾ ਨਹੀਂ ਉਹ ਗਰਮ ਹੁੰਦਾ ਤੁਹਾਡਾ ਹੱਥ ਪੂਰਾ ਜਲ ਸਕਦਾ ਸਾਡੇ ਇੱਥੇ ਕੇਸਿਸ ਆਏ ਪੇਸ਼ੈਂਟ ਆਏ ਉਹਨਾਂ ਦੇ ਹੱਥ ਪੂਰੇ ਜਲੇ ਸੋ ਐਸੀ ਐਸੀ ਚੀਜ਼ਾਂ ਲੋਕਾਂ ਨੂੰ ਵੇਅਰ ਕਰਨ ਦੀ ਕੋਸ਼ਿਸ਼ ਕਰਨਾ ਜੇ ਟੀਅਰ ਗੈਸ ਅੱਖਾਂ ਚ ਚਲ ਗਏ ਉਹ ਤੁਸੀਂ ਮਰੋ ਨਾ ਕਿਉਂਕਿ ਉਹਦੇ ਨਾਲ ਤੁਹਾਡਾ ਉਹ ਵਰਸ ਹੋ ਜਾਂਦਾ ਡਾਕਟਰ ਸਾਹਿਬ ਸਾਡੇ ਨਾਲ ਖੁਦ ਨਾਲ ਹੋਇਆ ਜਦੋਂ ਰਿਵਾਰਡੀ ਵਿੱਚ ਰਿਪੋਰਟਿੰਗ ਕਰ ਰਹੇ ਸੀਗੇ ਦਾਰੂ ਖੇੜਾ ਵਿੱਚ ਬਹੁਤ ਜ਼ ਜੋ ਕਿ ਤਿੰਨ ਤਿੰਨ ਸਾਲ ਪਹਿਲੇ ਉਹਨਾਂ ਦੀ ਤਾਂ ਉਸ ਦੌਰਾਨ ਅਸੀਂ ਪਾਣੀ ਦਾ ਯੂਜ਼ ਕਰਕੇ ਵੇਖਿਆ ਸੀ ਕਿ ਪਾਣੀ ਅਸੀਂ ਖੁਦ ਵਰਤ ਕੇ ਵੇਖਿਆ ਸਾਡਾ ਫੇਸ ਸੁੱਜ ਗਿਆ ਸੀਗਾ ਉਸ ਦੌਰਾਨ ਤੇ ਉਸ ਦੌਰਾਨ ਕੀ ਕਰੇ ਜਦੋਂ ਇਹੋ ਜਿਹਾ ਕੁਝ ਹੁੰਦਾ ਹੈ ਕਿਉਂਕਿ ਉਮੀਦ ਇਹ ਹੈ ਜੇਕਰ ਸਰਾਰਤਬਾਜੀ ਹੁੰਦੀ ਤਾਂ ਇਹੋ ਜਿਹੀ ਸਿਚੁਏਸ਼ਨ ਬਣ ਸਕਦੀ ਕਿਤਨਾ ਕਿਤੇ ਅੰਦੇਸ਼ਾ ਲਗਾਇਆ ਜਾ ਰਿਹਾ ਪਰ ਉਮੀਦ ਇਹ ਵੀ ਹੈ ਕਿ ਸਭ ਕੁਝ ਸ਼ਾਂਤੀਪੂਰਨ ਨਿਬੜ ਸਕਦਾ ਹੈ ਜੇਕਰ ਇਹੋ ਜਿਹਾ ਕੁਝ ਹੁੰਦਾ ਹੈ ਤਾਂ ਲੋਕ ਕੀ ਕਰਨ ਸੋ ਉਹ ਸਾਰੀਆਂ ਸਟੈਪ ਬਹੁਤ ਇਹ ਇਹ ਕੁਐਸਚਨ ਬਹੁਤ ਵੱਡਾ ਜੀ ਇਹ ਤੇ ਸਾਨੂੰ ਘੰਟੇ ਲੱਗ ਜੂ ਇਹਨੂੰ ਆਨਸਰ ਕਰਨ ਦਾ ਇੱਕ ਜਗ੍ਹਾ ਜਿੱਦਾਂ ਤੁਸੀਂ ਟਾਇਰ ਗੈਸ ਦੀ ਕੀਤੀ ਜਾਂ ਮਿਰਚੀ ਵਾਲੀ ਗੱਲ ਦੋ ਡਿਫਰੈਂਟ ਚੀਜ਼ਾਂ ਵਾਂ ਪਾਣੀ ਇਜ਼ ਦ ਬੈਸਟ ਪਾਣੀ ਜਿਹੜਾ ਪਾਣੀ ਵਿੱਚ ਉਹ ਇਹ ਨਹੀਂ ਕਿ 1-2 ਮਿੰਟ 15-30 ਮਿੰਟ ਪਾਣੀ ਦੇ ਵਿੱਚ ਆਪਣਾ ਮੂੰਹ ਰੱਖਣਾ ਹੁੰਦਾ ਪਰ ਉੱਥੇ ਛਿੱਟੇ ਮਾਰਦੇ ਹੁੰਦੇ ਆ ਫਿਰ ਦੂਜੀ ਗੱਲ ਜਦੋਂ ਕੱਪੜਿਆਂ ਦੇ ਉੱਪਰ ਲੱਗ ਜਾਂਦੀ ਆ ਜਦੋਂ ਆਪਾਂ ਕੱਪੜੇ ਲਾਉਣ ਲੱਗਦੇ ਆ ਤੇ ਉਹ ਵੀ ਅੱਖਾਂ 'ਚ ਚਲ ਜਾਂਦੀ ਆ ਸੋ ਜਿਹੜੇ ਤੁਹਾਡੀ ਸਕਿਨ ਵੱਧ ਤੋਂ ਵੱਧ ਸਕਿਨ ਕਵਰ ਕਰਨ ਦੀ ਕੋਸ਼ਿਸ਼ ਕਰੋ ਆਪਣੇ ਕੱਪੜੇ ਜਿਹੜੇ ਉਹ ਪੂਰੀ ਬਾਵਾਂ ਦੀ ਪਾਉਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਗੋਗਲਸ ਜਾਂ ਗਲਾਸਿਸ ਪਾ ਸਕਦੇ ਜੋ ਮੂੰਹ ਕਵਰ ਕਰ ਸਕਦੇ ਜੋ ਮੂੰਹ ਕਵਰ ਕਰਨ ਦੀ ਕੋਸ਼ਿਸ਼ ਕਰੋ ਪਰ ਮੈਂ ਕਿਉਂਕਿ ਜਿਹੜੇ ਕੈਨਿਸਟਰਸ ਹੁੰਦੇ ਨੇ ਨਾ ਟੀ ਬਜ਼ੁਰਗਾਂ ਦਾ ਕਰਾਊਡ ਹੋਊਗਾ ਤੁਸੀਂ ਉੱਥੇ ਟੀਅਰ ਗੈਸ ਛੱਡ ਦੂਗੀ ਤੁਹਾਨੂੰ ਕੀ ਲੱਗਦਾ ਕੀ ਹੋਊਗਾ ਬਜ਼ੁਰਗ ਹਿੱਲ ਸਕਦੇ ਆ ਉਹਨਾਂ ਨੇ ਤਾਂ ਉੱਥੇ ਖਲੋਤੇ ਰਹੇ ਨੇ ਵਿਚਾਰਿਆਂ ਨੇ ਉਹਨਾਂ ਕੋਈ ਕਹੇ ਨਾ ਹਿੱਲਣੇ ਜਾਣਾ ਜਾਂ ਉੱਥੇ ਸਟੈਂਪੀਡ ਹੋਏ ਨਹੀਂ ਮਤਲਬ ਇੱਕ ਦੂਜੇ ਦੇ ਉੱਪਰ ਆਪਾਂ ਪੈਰ ਰੱਖਣੇ ਸ਼ੁਰੂ ਹੋ ਜਾਣੇ ਜਿਹੜੇ ਬਜ਼ੁਰਗ ਉੱਥੇ ਰਹਿ ਗਏ ਉਹਨਾਂ ਦੇ ਅੰਦਰ ਚੱਲ ਜਾਣਾ ਉਹ ਚੀਜ਼ ਉਹਨਾਂ ਨੂੰ ਜੇ ਐਸਮਾ ਹੋਵੇ ਜਾਂ ਕੋਈ ਵੀ ਲੰਘ ਦੀ ਪ੍ਰੋਬਲਮ ਹੋਈ ਉਹ ਮਰ ਸਕਦੇ ਆ ਲੌਂਗ ਟਰਮ ਦੇ ਇਫੈਕਟ ਹੋ ਸਕਦੀ ਦਾ ਗਲੌਕੋਮਾ ਸੋ ਇਹ ਚੀਜ਼ ਸੋਚਣ ਵਾਲੀ ਦਾ ਦੂਜੀ ਗੱਲ ਸਟੈਂਪੀਡ ਦੀ ਗੱਲ ਕੀਤੀ ਆ ਬਾਕੀ ਗੱਲ ਆ ਜਿਹੜੀਆਂ ਟਾਇਰ ਗੈਸਾਂ ਵਾ ਇਹ ਸਾਰੀਆਂ ਸਟੱਡੀ ਹੋਈਆਂ ਬੱਚਿਆਂ ਤੇ ਛੋਟੀ ਉਮਰ ਦੇ ਬੱਚਿਆਂ ਤੇ ਨਹੀਂ ਛੋਟੀ ਉਮਰ ਬਾਰੇ ਕਿ ਸਾਡੀ ਉਮਰ ਦੇ ਲੋਕਾਂ ਤੇ ਤੇ ਬਜ਼ੁਰਗਾਂ ਤੇ ਕਦੀ ਟੈਸਟ ਨਹੀਂ ਹੋਇਆ ਦਾ ਪਤਾ ਹੀ ਨਹੀਂ ਕਿ ਬੱਚਿਆਂ ਤੇ ਬਜ਼ੁਰਗਾਂ ਤੇ ਬੀਬੀਆਂ ਤੇ ਕੀ ਇਹਨਾਂ ਦੇ ਗੰਦੇ ਅਸਰ ਹੋ ਸਕਦੇ ਲੌਂਗ ਟਰਮ ਸੋ ਮੈਂ ਤੇ ਸਰਕਾਰ ਨੂੰ ਜਾਂ ਕੋਈ ਵੀ ਜਿਹੜਾ ਬੰਦਾ ਇਹ ਚੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਚੀਜ਼ ਇਹਦੇ ਨਹੀਂ ਬਣੀ ਤੇ ਨਾ ਹੀ ਉਸ ਦਿਨ ਇਹ ਚੀਜ਼ ਯੂਜ਼ ਹੋਣੀ ਚਾਹੀਦੀ ਆ ਤਾਂ ਕੀ ਸੋਚਿਆ ਹੁਣ ਕਿਉਂਕਿ ਦਿਨ ਵੀ ਨੇੜੇ ਆ ਰਹੇ ਨੇ ਫਰਸਟ ਐਡ ਰੀ ਟ੍ਰੇਨਿੰਗ ਵੀ ਦੇਣੀ ਆ ਤੇ ਦੂਜੀ ਗੱਲ ਕਰੀਏ ਆਪਾਂ 30 ਦੇ ਕਰੀ ਤੁਸੀਂ ਇਥੇ ਤਿੰਨ ਆਤਰਣ ਗਿਆ ਕਿ ਇਹੋ ਜਿਹੀ ਕੁਛ ਕੋਸ਼ਿਸ਼ ਵੀ ਹੈ ਕਿਉਂਕਿ ਜੇਕਰ ਕੁਛ ਹੁੰਦਾ ਤਾਂ ਹਸਪੀਟਲ ਉਹ ਡਾਕਟਰ ਐਂਬੂਲੈਂਸਿਸ ਦੇ ਨਾਲਾ ਤੋਂ ਹਸਪੀਟਲ ਜੋ ਪ੍ਰਾਈਵੇਟ ਨੇ ਉਹਨਾਂ ਦੀ ਵੀ ਲੋਡ ਲੋਡ ਪੈ ਸਕਦੀ ਹੈ ਸਰਕਾਰੀ ਦੀ ਵੀ ਲੋਡ ਪੈ ਸਕਦੀ ਹੈ ਕਿ ਉਹਨਾਂ ਲਈ ਵੀ ਕੋਈ ਸੂਚੀ ਤਿਆਰ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਸੀ ਹਾਇਰ ਕਰ ਸਕਦੇ ਸਾਰਾ ਕੁਝ ਜੀ ਹੁਣੇ ਕਰਨਾ ਪੈਣਾ ਸਹੀ ਮੈਂ ਤੁਹਾਨੂੰ ਦੱਸਿਆ ਇਹ ਪਹਿਲਾਂ ਚੀਜ਼ ਲਈ ਰੈਡੀ ਨਹੀਂ ਆਈ ਹੁਣ ਰੈਡੀ ਹੋ ਗਏ ਆ ਅੱਜ ਹੀ ਸਾਡੀਆਂ ਹੁਣ ਤੁਹਾਡੀ ਗਲਤ ਖਤਮ ਹੁਣ ਤੋਂ ਮੇਰੀ ਮੀਟਿੰਗ ਆ ਕੱਲ ਅੱਜ ਮੀਟਿੰਗ ਆ ਕੱਲ ਵੀ ਮੀਟਿੰਗ ਆ ਪਰਸੋਂ ਵੀ ਮੀਟਿੰਗਾਂ ਵਾ ਰਾਤ ਤੱਕ ਇਦਾਂ ਹੀ ਅਸੀਂ ਟੀ ਪਾਵੇ ਜੀ ਜੀ ਹਸਪੀਟਲ ਜਾਈ ਤੋਂ ਦਾ ਸਿਵਲ ਹਸਪੀਟਲ ਵੱਡੇ ਵੱਡੇ ਹਸਪੀਟਲ ਸਾਰਿਆਂ 'ਚ ਫੋਨ ਕਾਲ ਕਰਾਂਗੇ ਕਿਹੜਾ ਬੰਦਾ ਸਾਨੂੰ ਕੋਆਪਰੇਟ ਕਰੂਗਾ ਕਿਹੜੇ ਕਿੱਥੇ ਅਸੀਂ ਐਂਬੂਲੈਂਸਾਂ ਪਹੁੰਚਾ ਸਕਾਂਗੇ ਥੋੜੇ ਜੇ ਰੂਟ ਵੀ ਡਿਸਾਈਡ ਕਰਾਂਗੇ ਮੈਂ ਮਤਲਬ ਆਪਣੇ ਵੱਲੋਂ ਅਸੀਂ ਜਿੰਨਾ ਵੀ ਕਰ ਸਕਾਂਗੇ ਅਸੀਂ ਕਰਾਂਗੇ ਪਰ ਆਈ ਥਿੰਕ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਰਕਾਰਾਂ ਨੂੰ ਸਾਰਿਆਂ ਨੂੰ ਬਈ ਕੰਪਰੋਮਾਈਜ਼ ਜੋ ਵੀ ਕਰਨਾ ਤੁਸੀਂ ਕਰੋ ਵੇਖੋ ਆ ਲੱਗਦਾ ਮਤਲਬ ਮਾਹੌਲ ਕਾਫੀ ਗਰਮ ਹੈ ਜੀ ਬਹੁਤ ਜ਼ਿਆਦਾ ਮਤਲਬ ਕਿ ਕਿਉਂਕਿ ਇਹਨਾਂ ਲੋਕਾਂ ਦਾ ਯਾਰ ਮੈਂ ਰਹਿ ਹੰਦੇ ਹਾਂ ਪਿਛਲੇ ਦੋ ਮਹੀਨੇਓ ਚੱਲੇ ਆ ਉਹਨਾਂ ਦੇ ਮੂੰਹ ਤੇ ਮੈਨੂੰ ਮੈਨੂੰ ਕੋਈ ਵੀ ਆ ਆ ਉਹਨਾਂ ਦੇ ਆ ਗਈ ਯਾਰ ਆਪਣੇ ਕੋ ਰਿਆ ਨਹੀਂ ਜਾਣਾ ਯਾਰ ਬਹੁਤ ਮਤਲਬ ਕਿ ਸੱਚੀ ਮੈਂ 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 ਕਹਿਣ ਦਿਆ ਯਾਰ ਇਹ ਸਾਰ ਕੋ ਜਰ ਸਰ ਕੋ ਜਰ ਨਹੀਂ ਜਾਣਾ ਆਪਣੇ ਬਜ਼ੁਰਗਾਂ ਦਾ ਦਰਦ ਤਾਂ ਬਿਲਕੁਲ ਡਾਕਟਰ ਸਾਹਿਬ ਬਹੁਤ ਪਾਵਨਾਤਕ ਮੰਨੇ ਅਕਸਰ ਪਾਵਨਾ ਚ ਬਹਿ ਜਾਂਦੇ ਨੇ ਤਾਂ ਵਿਸ਼ੇਸ਼ ਤੌਰ ਤੇ ਗੱਲ ਕਰੀਏ ਇਸ ਨੂੰ ਲੈ ਕੇ ਸੁਪਰੇ ਮਾਮਲੇ ਲੈ ਕੇ ਬਿਹਤ ਸੰਜੀਦਾ ਨੇ ਇਸ ਤੋਂ ਪਹਿਲਾਂ ਇਹਨਾਂ ਨੇ ਕੋਈ ਕਰੀ ਨਹੀਂ ਪਰ ਕੱਲ ਜੋ ਸਖਸ਼ ਫੜਿਆ ਗਿਆ ਸੀਗਾ ਕਾਨਫਰੈਂਸ ਹੋਈ ਉਸ ਤੋਂ ਬਾਅਦ ਸੰਜੀਦਗੀ ਹੋ ਜ਼ਿਆਦਾ ਵਧ ਗਈ ਅਤੇ ਡਾਕਟਰ ਸਾਹਿਬ ਸੰਜੀਦਾ ਹੋਏ ਉਸ ਤੋਂ ਬਾਅਦ ਫੈਸਲਾ ਲਿਆ ਕਿ 30 ਦੇ ਕਰੀਬ ਐਂਬੂਲੈਂਸਾਂ ਜੋ ਨੇ ਉਹ ਹਾਇਰ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜੋ ਟਰੈਕਟਰ ਮਾਰਚ ਨਿਕਲਣਾ ਹੈ ਉਸ ਦੇ ਨਾਲ ਨਾਲ ਉਤਰਨ ਉਹਨਾਂ ਦੇ ਵਿੱਚ ਇੱਕ ਨਰਸ ਹੋਵੇਗੀ ਇੱਕ ਸਹਾਇਕ ਹੋਵੇਗਾ ਅਤੇ ਨਾਲ ਦੀ ਨਾਲ ਜੋ ਹਸਪੀਟਲਸ ਨੇ ਲੋਕਲ ਉਹਨਾਂ ਨਾਲ ਵੀ ਪਹੁੰਚ ਕੀਤੀ ਜਾ ਰਹੀ ਹੈ ਕਿ ਲੋਡ ਪੈਣ ਤੇ ਜੇਕਰ ਸਹਾਇਤਾ ਹੀ ਲੋਡ ਪੈਂਦੀ ਹੈ ਉਹਨਾਂ ਦੀ ਸਹਾਇਤਾ ਵੀ ਲਈ ਜਾ ਸਕੇ ਦੂਜੇ ਪਾਸੇ ਜੋ ਫਰਸਟ ایڈ ਨੇ ਫਰਸਟ ایڈ ਕਿੱਟਾਂ ਇਹਨਾਂ ਨੇ ਟਰਾਲੀ ਤੇ ਟਰਾਲੀ ਵੰਡੀਆਂ ਜਾਣੀਆਂ ਨੇ ਉਸ ਤੇ ਵੀ ਇਹਨਾਂ ਨੇ ਐਕਸੈਸ਼ਨ ਲਗਾਉਣਾ ਹੈ ਜੋ ਵਲੰਟੀਅਰ ਹੋਣਗੇ ਜੋ ਲੋਕ ਉਹਨਾਂ ਦੇ ਵਿਚਕਾਰ ਹੋਣਗੇ ਜੋ ਸੇਵਾ ਕਰ ਸਕਦੇ ਹੋਣਗੇ ਉਹਨਾਂ ਨੂੰ ਸੇਵਾ ਕਰਨ ਦਾ ਇੱਥੇ ਮੌਕਾ ਵੀ ਦਿੱਤਾ ਜਾਵੇਗਾ ਤਾਂ ਕਿ ਹਰ ਤਰੀਕੇ ਨਾਲ ਜਾਨ ਮਾਲ ਦੀ ਰਾਖੀ ਕਿ ਤੇਜਸ ਕੇ ਫਿਲਹਾਲ ਵਿਖਦੇ ਆ 26 ਤਰੀਕ ਤੇ ਸਭ ਦੀਆਂ ਨਿਗਾਹਾਂ ਨੇ 26 ਤਰੀਕ ਨੂੰ ਕੀ ਕੁਝ ਹੋਣ ਵਾਲਾ ਹੈ ਟਿਕਰੀ ਬਾਰਡਰ ਤੋਂ ਕੈਮਰਾ ਪਰਮਨਨਪਰੀ ਦੇ ਨਾਲ ਸੁਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648